ਵਿਊਅਰਸ ਵੈਲਕਮ ਬੈਕਗ੍ਰਾਉਂਡ ਪ੍ਰੋਗਰਾਮ ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰ ਲਈਏ ਯੂਕੇ ਦੇ ਹਵਾਲੇ ਨਾਲ ਕਿ ਯੂਕੇ ਦੀ ਪਾਰਲੀਮੈਂਟਸ ਦੇ ਕੁਝ ਜਿਹੜੇ ਐਮਪੀਜ਼ ਨੇ ਉਹਨਾਂ ਨੇ ਕਸ਼ਮੀਰ ਮੁੱਦੇ ਤੇ ਅਤੇ ਭਾਰਤ ਵਿੱਚ ਘਟ ਗਿਣਤੀਆਂ ਤੇ ਹੋ ਰਹੇ ਜ਼ੁਲਮੋਂ ਸਤਮ ਤੇ ਜਿਹੜੀ ਹੈ ਵਿਚਾਰ ਚਰਚਾ ਕੀਤੀ ਹੈ ਜਿਸ ਨੂੰ ਲੈ ਕੇ ਭਾਰਤ ਸਰਕਾਰ ਵੱਲੋਂ ਬੜਾ ਹੀ ਚੀਕ ਚਹਾੜਾ ਜਿਹੜਾ ਪਾਇਆ ਜਾ ਰਿਹਾ ਹੈ ਤੁਸੀਂ ਸਭਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਜਿਹੜੀ ਸਾਜ ਹੈ ਉਹ ਤੋਂ ਨਾ ਪਾਈ ਜਾਏਗੀ ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਨੇ ਰਹਿਣਾ ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ ਰਾਜਾ ਸਭ ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ ਅ ਦੇਖੋ ਯੂਕੇ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਕਸ਼ਮੀਰੀ ਮੂਲ ਦੇ ਲੋਕ ਨੇ ਜਿਆਦਾ ਮੀਰਪੁਰ ਨਾਲ ਸੰਬੰਧਿਤ ਨੇ ਜਦੋਂ ਉੱਥੇ ਮੰਗਲਾ ਡੈਮ ਬਣਿਆ ਉਸ ਤੋਂ ਬਾਅਦ ਕਾਫੀ ਲੋਕ ਆਏ ਔਰ ਇੰਗਲੈਂਡ ਚ Uh, 50s 60s ਦਾ ਵਿੱਚ ਰੈਲੇਟਿਵਲੀ ਈਜ਼ੀ ਸੀ ਜਾਣਾ ਜੀ ਔਰ ਇਸ ਲਈ ਪੰਜਾਬ ਤੋਂ ਵੀ ਸਾਡੇ ਭਾਰਤੀ ਕਬਜ਼ੇ ਵਾਲੇ ਪੰਜਾਬ ਤੋਂ ਵੀ ਲੋਕ ਉਸ ਦੌਰ ਦੇ ਵਿੱਚ ਗਏ ਔਰ ਇਹਦੇ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਕਸ਼ਮੀਰੀ ਲੋਬੀ ਹੈ ਇੰਗਲੈਂਡ ਦੇ ਵਿੱਚ ਕਾਫੀ ਐਗਰੈਸਿਵਲੀ ਉਹ ਕੰਮ ਕਰਦੇ ਨੇ ਜੀ ਜਿਹੜਾ ਸਾਨੂੰ ਰੈਲੇਟਿਵਲੀ ਅਮਰੀਕਾ ਦੇ ਵਿੱਚ ਬਹੁਤਾ ਨਹੀਂ ਨਜ਼ਰ ਆਉਂਦਾ ਸ਼ਾਇਦ ਨੰਬਰ ਵੀ ਘਟ ਹੈ ਔਰ ਅਮਰੀਕਾ ਵੱਡਾ ਸਪਰੈਡ ਆਊਟ ਹੈ ਔਰ ਉੱਥੇ ਜਿਹੜੇ ਕਸ਼ਮੀਰੀ ਜਨਾਂ ਦੇ ਨਾਲ ਫਿਰ ਜਦੋਂ ਪਾਕਿਸਤਾਨੀ ਗਣਤੀ ਵੀ ਜੁੜਦੀ ਹੈ ਤੇ ਕਾਫੀ ਹਲਕਿਆਂ ਦੇ ਵਿੱਚ ਇਹ ਵੋਟ ਬੈਂਕ ਜਿਹੜਾ ਹੈ ਉਹ ਡਿਸਾਈਡ ਕਰਦਾ ਹੈ ਕਿ ਕੌਣ ਲੇਬਰ ਦਾ ਜਾਂ ਕਨਜ਼ਰਵੇਟਿਵ ਦਾ ਜਿੱਤੇਗਾ ਸੋ ਦੋਨਾਂ ਪਾਰਟੀਆਂ ਦੇ ਵਿੱਚ ਹੀ ਆ ਲੇਬਰ অর ਕਨਜ਼ਰਵੇਟਿਵ ਚ ਕਸ਼ਮੀਰੀਆਂ ਦੇ ਮੁੱਦੇ ਤੇ ਸਪੋਰਟ ਹੈ ਅੱਛਾ ਬਿਸ਼ੱਕ ਕਿੰਦਾ ਐਂਡ ਜਿਵੇਂ ਮੈਂ ਕਿਹਾ ਵੀ ਇਹ ਕੰਟਰੀ ਆਫ ਸ਼ਾਪਕੀਪਰਸ ਹੈ ਬਿਲਕੁਲ ਉਹ ਆਪਣੇ ਜਿਹੜੇ ਕਲਾਇੰਟ ਨੇ ਜਾਂ ਕੰਸਟੀਟੂਐਂਟ ਨੇ ਜਾਂ ਡੋਨਰ ਨੇ ਉਹਨਾਂ ਤੋਂ ਵੀ ਪੈਸੇ ਲੈ ਲੈਂਦੇ ਨੇ ਦੂਜੇ ਪਾਸਿਓਂ ਵੀ ਲੈ ਲੈਂਦੇ ਆ ਅੱਛਾ ਧਿਆਨ ਵੀ ਉਹ ਤਾਂ ਜ਼ਰੂਰ ਦੇ ਦੇਣਗੇ ਹੁਣ ਇੱਕ ਐਫਰਟ ਜਿਹੜਾ ਹੈ ਦੋ ਦਿਨਾਂ ਦੇ ਗੈਪ ਦੇ ਵਿੱਚ 12 ਔਰ 14 ਜਨਵਰੀ ਦੇ ਹਵਾਰੇ ਨਾਲ ਦੋ ਖਬਰਾਂ ਜਿਨ੍ਹਾਂ ਦੇ ਉੱਤੇ ਭਾਰਤੀ ਹਾਈ ਕਮਿਸ਼ਨ ਨੇ ਵੀ ਚੀਖ ਝਾੜਾ ਪਾਇਆ ਪਹਿਲੀ ਤਾਂ ਜਿਹੜੀ ਸੀ ਉਹ 12 ਜਨਵਰੀ ਦੀ ਸੀ ਕਿ ਜੀ ਕਿਵੇਂ ਯੂਕੇ ਦੀ ਪਾਰਲੀਮੈਂਟ ਦੇ ਕੁਝ ਬੈਕ ਬੈਂਚਰ ਜਦੋਂ ਇਹ ਬੈਕ ਬੈਂਚਰ ਦਾ ਮਤਲਬ ਅਨਸਿਗਨੀਫੀਕੈਂਟ ਉਹਨਾਂ ਨੇ ਜਿਹੜਾ ਉਹ ਸੁਣਵਾਈ ਕਰਵਾਈ ਪਹਿਲੀ ਜਿਹੜੀ ਉਹਨਾਂ ਦੀ ਸੁਣਵਾਈ 12 ਨੂੰ ਹੁੰਦੀ ਹੈ ਉਸ ਦਾ ਟਾਪਿਕ ਹੀ ਸੀ ਇੰਡੀਆ ਪਰਸੀਕਿਊਸ਼ਨ ਆਫ ਮਾਈਨੋਰਟੀ ਗਰਪਸ ਔਰ ਇਹਨੂੰ ਮਿਨਿਸਟਰ ਫਾਰ ਏਸ਼ੀਆ ਜਿਹੜਾ ਉਹਨੇ ਅਸ਼ੋਰ ਕੀਤਾ ਐਮਪੀਸ ਨੂੰ that any difficult issues around human rights are raised in a free and open manner with indian counterparts as the ministerial and counselor labor as he reiterated that india's secular constitution guarantees equal unne passe kehne ke ji dekho india da constitution ta equal rights dinda par assi chukka gaye na issues ne jada minister for asia affairs hai aur idhar topic hi apne aap ch dassda hai ki india persecution of minority okay. groups okay. ਬਲਕਨ ਔਰ ਇਹਦੇ ਕੋਈ ਗਲਤ ਨਹੀਂ ਹੈ ਜਿੰਨੀ ਪਰਸੀਕਿਊਸ਼ਨ ਇਸ ਦੌਰ ਚ ਹੋਈ ਹੈ ਤੇ ਪਿਛਲੇ ਸਾਰੇ ਰਿਕਾਰਡ ਪਿੱਛੇ ਛੁੱਟ ਦੁੱਤੇ ਨੇ ਹੁਣ ਇਸ ਸਾਰੇ ਚ ਜਿਹੜੇ ਐਮਪੀਸ ਨੇ ਔਰ ਉਹਦੇ ਚ ਇਹਨਾਂ ਨੇ ਨੰਬਰ ਤਾਂ ਨਹੀਂ ਦਿੱਤਾ ਪਰ ਕਾਫੀ ਵੱਡੀ ਗਿਣਤੀ ਦੇ ਵਿੱਚ ਦੋਨੋਂ ਪਾਸਿਓਂ ਇਹ ਜਿਹੜੀ ਡਿਬੇਟ ਹੈ ਇਹ ਵੈਸਟ ਮਿਨਿਸਟਰ ਹਾਲ ਹੈ ਹਾਊਸ ਆਫ ਪਾਰਲੀਮੈਂਟ ਤੇ ਵਿੱਚ ਕੰਪਲੈਕਸ ਚ ਲੰਡਨ ਚ ਉਹਦੇ ਚ ਹੋਈ ਔਰ ਉਹਨੂੰ ਇੱਕ ਇਹਨਾਂ ਦੇ ਕਹਿਣ ਮੁਤਾਬਕ ਕਿ ਮੈਂਬਰਸ ਆਫ ਪਾਰਲੀਮੈਂਟ ਜਿਹਨੂੰ ਕਿ ਡੈਮੋਕਰੈਟਿਕ ਯੂਨੀਨਿਸਟ ਪਾਰਟੀ ਦੇ ਐਮਪੀ ਨਾਰਦਰਨ ਆਇਲੈਂਡ ਤੋਂ ਨੇ ਜिम ਸ਼ੈਨਨ ਉਹਨਾਂ ਨੇ ਲੀਡ ਕੀਤਾ ਹੈ ਔਰ ਉਹਨਾਂ ਨੇ ਆਪਣੇ ਓਪਨਿੰਗ ਕਮੈਂਟ ਚ ਕਿਹਾ ਇਟ ਇਜ਼ ਵਰਿੰਗ ਐਂਡ ਡਿਸਟਰਬਿੰਗ ਦ ਸਕੇਲ ਐਂਡ ਟ੍ਰੈਜੈਕਟਰੀ ਆਫ ਪਰਸੀਕਿਊਸ਼ਨ ਬੀਇੰਗ ਐਕਸਪੀਰੀਐਂਸਡ ਇਨ ਇੰਡੀਆ ਬਾਈ ਨਾਨ ਹਿੰਦੂਜ਼ ਗੈਰ ਹਿੰਦੂਆਂ ਦੇ ਨਾਲ ਕਿਸ ਪੱਧਰ ਤੇ ਜਾ ਕੇ ਮਾੜਾ ਸਲੂਕ ਹੋ ਰਿਹਾ ਹੈ ਇਹ ਬੜਾ ਫਿਕਰਮੰਦੀ ਵਾਲਾ ਹੈ ਔਰ ਉਹਨਾਂ ਨੇ ਕਿਵੇਂ ਉਹਨਾਂ ਨੂੰ ਜਿਹੜਾ 200 ਮਿਲੀਅਨ ਮੁਸਲਮਾਨ ਔਰ 32 ਮਿਲੀਅਨ ਇਸਾਈ ਇਹ ਨੰਬਰ ਉਹਨਾਂ ਦਾ ਕੋਟ ਕੀਤਾ ਹੋਇਆ ਹੈ ਕਿ ਵੀ ਇਹ ਜਿਹੜਾ ਆਈਆਰਗੂ ਇੰਡੀਆਜ਼ ਰੈਕੋਰਡ ਔਨ ਮਾਈਨੋਰਟੀ ਫੇਸ ਸਟੈਂਡ ਅਪ ਟੂ ਸਕਰੂਟੀ ਔਰ ਇਹ ਸਕਰੂਟੀ ਕਰੋ ਕਿ ਵੀ ਕਿਵੇਂ ਸਿਸਟੈਮੈਟਿਕ ਉਹਨਾਂ ਦੀਆਂ ਕਿਲਿੰਗਸ ਹੋ ਰਹੀਆਂ ਫਿਰ ਇਸ ਦੇ ਨਾਲ ਨਾਲ ਲੇਬਰ ਪਾਰਟੀ ਦੇ ਮਿਸਟਰ ਬੈਰੀ ਗਾਰਡਨਰ ਨੇ ਵੀ ਉਹ ਚਿੱਠੀਆਂ ਜਿਹੜੀਆਂ ਉਹਨਾਂ ਦੇ ਆਪਣੇ ਕੰਸਟਿਟੂਐਂਟਸ ਨੇ ਲਿਖਿਆ ਨੇ ਬ੍ਰੈਂਟਨ ਨਾਰਥ ਤੋਂ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਅਟੈਕਿੰਗ ਦਾ ਜਿਹੜਾ ਮਾਈਨੋਰਟੀਜ਼ ਦੇ ਉੱਤੇ ਸਾਰਿਆਂ ਚਾਹ ਕਿ ਉਹਨਾਂ ਦੇ ਰਿਸ਼ਤੇਦਾਰ ਨੇ ਉਹ ਸਫਰ ਕਰ ਰਹੇ ਨੇ ਔਰ ਇਹ ਜਿਹੜਾ ਸਬਜੈਕਟ ਦੇ ਉੱਤੇ ਗੌਰ ਕਰਨਾ ਚਾਹੀਦਾ ਸੋ ਇਹ ਇਹਦੇ ਤੇ ਵੀ ਇੰਡੀਆ ਨੇ ਬੜਾ ਰਿਐਕਟ ਕੀਤਾ ਸੀ ਔਰ ਅੱਜ ਜਿਹੜੀ ਮੇਨ ਖਬਰ 14 ਜਨਵਰੀ ਦੀ ਡੇਟਲਾਈਨ ਹੈ ਇੰਡੀਆ ਡਿਪਲੋਰਸ ਫਾਲਸ ਅਸਰਸ਼ਨ ਇਨ ਯੂਕੇ ਪਾਰਲੀਮੈਂਟ ਔਰ ਕਸ਼ਮੀਰ ਡਿਬੇਟ ਹੁਣ ਜਿਹੜੀ ਅੱਜ ਕਸ਼ਮੀਰ ਡਿਬੇਟ ਦੇ ਉੱਤੇ ਹੋਈ ਹੈ ਇਹਨੂੰ ਆਰਗੇਨਾਈਜ਼ ਕੀਤਾ ਲੇਬਰ ਦੇ ਦੀ ਸਾਰਾ ਓਵਨ ਜਿਹੜਾ ਉਹਦੇ ਵਿੱਚ ਕ੍ਰਾਸ ਪਾਰਟੀ ਬ੍ਰਿਟਿਸ਼ ਐਮਪੀਜ਼ ਨੇ ਪਾਰਟਿਸਿਪੇਟ ਕੀਤਾ ਹੈ। ਔਰ ਇਹ ਜਿਵੇਂ ਮੈਂ ਕਿਹਾ ਬਹੁਤ ਸਾਰੇ ਉਹਨਾਂ ਹਲਕਿਆਂ ਚ ਨੇ ਜਿੱਥੇ ਕਸ਼ਮੀਰੀ ਉਹਨਾਂ ਦੇ ਜਿਹੜੇ ਨੇ ਉਹ ਕੰਸਟਿਟੂਐਂਟਸ ਨੇ ਔਰ ਇੰਡੀਆ ਨੇ ਔਰ ਉਹਦੇ ਚੋਣਾਂ ਨੇ ਕਿਹਾ ਕਿ ਭਈ ਇਹ ਟਾਈਟਲ ਹੀ ਆਪਣੇ ਆਪ ਚ ਇੰਡੀਆ ਕਾ ਪੋਲੀਟੀਕਲ ਸਿਚੁਏਸ਼ਨ ਇਨ ਕਸ਼ਮੀਰ ਇਹ ਟਾਈਟਲ ਸੀ ਅੱਜ ਦੀ ਡਿਸਕਸ਼ਨ ਦਾ ਔਰ ਇੰਡੀਆ ਨੇ ਇਹਦੇ ਤੇ ਆਬਜੈਕਟ ਕੀਤਾ ਉਹਨਾਂ ਨੇ ਕਿਹਾ ਜੀ ਇਹ ਤਾਂ ਸਾਡਾ ਇੰਟਰਨਲ ਮੈਟਰ ਹੈ ਔਰ ਇਹ ਅੱਜ ਇਹ ਗੱਲ ਹੋਣੀ ਚਾਹੀਦੀ ਹੈ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੀ ਹੋਣੀ ਚਾਹੀਦੀ ਹੈ ਪਰ ਇਹਦੇ ਜਵਾਬ ਦੇ ਵਿੱਚ ਉਹਨਾਂ ਇਸ ਡਿਬੇਟ ਦੇ ਵਿੱਚ ਜਿਹੜੀ ਉਹਨਾਂ ਦਾ ਫੋਰਨ ਕਾਮਨਵੈਲਥ ਔਰ ਡਿਵੈਲਪਮੈਂਟ ਆਫਿਸ ਹੈ ਉਹਨਾਂ ਦੇ ਨੀਜਲ ਐਡਮਸ ਨੇ ਉਹਨਾਂ ਨੇ ਕਿਹਾ ਕਿ ਵੀ ਸਾਡਾ ਆਫੀਸ਼ੀਅਲ ਇਹ ਹੈ ਸਟੈਂਸ ਵੀ ਭਾਵੇਂ ਅਸੀਂ ਵਿਚ올ਗੀ ਨਹੀਂ ਕਰਨੀ ਇੰਡੀਆ ਪਾਕਿਸਤਾਨ ਮੈਟਰਸ ਪਰ देयर ਆਰ ਹਿਊਮਨ ਰਾਈਟਸ ਕਨਸਰਨਸ ਜਿਹਨਾਂ ਬਾਰੇ ਅਸੀਂ ਆਵਾਜ਼ ਚੁੱਕਣੀ ਹੈ the government's policy on kashmir remains stable it is unchanged we continue to believe that this is for india and pakistan to find a lasting political resolution to the situation and takes into account the wishes of the kashmiri people as laid out in the agreements चार्ण so oh hai ta gungluan to mitti chhadan wali galli par jivein main do din pehla eh gall kahi si ke vi jehda eh aggressive diplomacy honi chahidi hai paaveh ide ch niklan la kana kuch bhi na hove ਲੇਕਿਨ ਤੁਸੀਂ ਘੱਟੋ ਘੱਟ ਪਤੀਲੇ 'ਚ ਕੜਛੀ ਤਾਂ ਮਾਰਦੇ ਹੋ ਕੋਈ ਰੌਲਾ ਗੌਲਾ ਤਾਂ ਸੁਣਦਾ ਕਿ ਵੀ ਉਹ ਤਾਂ ਤੁਹਾਨੂੰ ਹਰ ਪਾਸੇ ਘੇਰ ਰਹੇ ਨੇ ਔਰ ਇਹ ਜਿਹੜਾ ਉਹਦੇ 'ਚ ਉਹਨਾਂ ਨੇ ਕਿਹਾ ਮਿਸਟਰ ਐਡਮ ਨੇ ਕਿ ਦਾ ਪੀਪਲ ਆਫ ਕਸ਼ਮੀਰ ਡਿਜ਼ਰਵ ਦਾ ਓਪਰਚੁਨਿਟੀ ਟੂ ਥਰਾਈਵ ਐਂਡ ਸਕਸੀਡ ਸੋ ਮੋਰ ਬ੍ਰਾਡਲੀ ਵੀ ਵੈਲਕਮ ਦਾ ਕਮਿਟਮੈਂਟ ਜਿਹੜੀ ਉਹਨਾਂ ਦੇ ਹੱਕਾਂ ਦੇ ਲਈ ਹੋਏ ਕਿਉਂਕਿ ਉਹਨਾਂ ਨੇ ਨਾਲ ਹੀ ਕਲੀਅਰ ਕਰ ਦਿੱਤਾ ਕਿ ਕੋਈ ਵੀ ਸੋਲੂਸ਼ਨ ਭਾਵੇਂ ਉਹ ਬਾਇਲੇਟਰਲ ਵੀ ਹੋਏ ਪਾਕਿਸਤਾਨ ਔਰ ਭਾਰਤ ਦੇ ਵਿਚਾਲੇ ਲੇਕਿਨ ਜਿਹੜੀ ਵਿਸ਼ੇਸ ਆਫ ਪੀਪਲ ਆਫ ਕਸ਼ਮੀਰ ਇਹ ਜਿਹੜੀਆਂ ਨੇ ਲੈਣੀਆਂ ਚਾਹੀਦੀਆਂ ਨੇ ਇਸ ਤੋਂ ਬਿਨਾ ਗੱਲ ਬਣਨੀ ਨਹੀਂ ਹੈ। ਔਰ ਜਿਵੇਂ ਅਸੀਂ ਪ੍ਰੋਗਰਾਮ ਦੀ ਬਿਗਨਿੰਗ ਚ ਦੱਸਿਆ ਸੀ ਕਿ ਅੱਜ ਮਾਘ ਦੇ ਮਹੀਨੇ ਦੀ ਸ਼ੁਰੂਆਤ ਹੈ। ਔਰ ਦੋ 12 ਮਾਹ ਗੁਰੂ ਗ੍ਰੰਥ ਸਾਹਿਬ ਚ ਦਰਜ ਨੇ ਇੱਕ 12 ਮਾਹ ਮਾਜ ਹੈ। ਜੈਸਤਾ ਮਹੀਨੇ ਨਾਲ ਰਿਲੇਟਡ ਅੱਜ ਬਹੁਤ ਸਾਰੇ ਗੁਰਦੁਆਰਿਆਂ ਜਦੋਂ ਇਹ ਪੜ ਰਿਹਾ ਪੜਿਆ ਜਾ ਰਿਹਾ ਹੁੰਦਾ ਹੈ ਕਿ ਮਾਗ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਹਾਲਾ ਇਸ ਮਾਗੀ ਦੀ ਨਾਲ ਜੁੜੀ ਹੋਈ ਰੋਹ ਦੀ ਖੀਰ ਵੀ ਹੈ ਅੱਛਾ ਔਰ ਜਿਵੇਂ ਲੋੜੀ ਦੇ ਹਵਾਲੇ ਨਾਲ ਵੀ ਗੱਲ ਹੋਈ ਕਿ ਉਹ ਸਾਰੇ ਦਾ ਸਾਡਾ ਸੈਗਮੈਂਟ ਖਾਸ ਤੌਰ ਤੇ ਜਿਹੜਾ ਦੁੱਲਾ ਪੱਟੀ ਦੇ ਉੱਤੇ ਅਸੀਂ ਕੀਤਾ ਉਸ ਦੀ ਬਹੁਤ ਸਰਾਨਾ ਹੋਈ ਔਰ ਸਾਡੇ ਬਹੁਤ ਸਾਰੇ ਵੀਰਾਂ ਭੈਣਾਂ ਨੇ ਲਿਖਿਆ ਕਿ ਵੀ ਇਸੇ ਤਰ੍ਹਾਂ ਦੇ ਜਿਹੜੇ ਪੰਜਾਬ ਦੇ ਸੰਝੇ ਸਾਡੇ ਵਿਰਸੇ ਦੇ ਕੀਰੋ ਨੇ ਉਹਨਾਂ ਦੇ ਉੱਤੇ ਅਸੀਂ ਗੱਲ ਕਰੀਏ ਔਰ ਅਸੀਂ ਆਉਣ ਵਾਲੇ ਪੀਰੀਅਡ ਚ ਇਸ ਦਾ ਧਿਆਨ ਵੀ ਰੱਖਾਂਗੇ ਪਰ ਦੂਸਰਾ ਬਾਰਾਂ ਮਾਹ ਜਿਹੜਾ ਤੁਖਾਰੀ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਬਿਆਨ ਕੀਤਾ ਉਸ ਚ ਇਹ ਸ਼ਬਦ ਜਾਂ ਕੰਪੋਜੀਸ਼ਨ ਇਹ ਸਮਝਾਣ ਲਈ ਹੁੰਦੀ ਹੈ ਕਿ ਭਾਈ ਜੇ ਤੁਸੀਂ ਆਪਣੀ ਜ਼ਿੰਦਗੀ ਗੁਜ਼ਾਰਨੀ ਹੈ ਰੱਬ ਦੀ ਯਾਦ ਦੇ ਵਿੱਚ ਤੇ ਹਰ ਜਿਹੜੀ ਤਬਦੀਲੀ ਹੈ ਉਹਨੂੰ ਦੇਖੋ ਕਿ ਤੁਸੀਂ ਉਸ ਤਬਦੀਲੀ ਉਹ ਮਹੀਨਾ ਬਦਲਦਾ ਦਿਨ ਬਦਲਦਾ ਰੁੱਤ ਬਦਲਦੀ ਹੈ ਕਿ ਕਿਵੇਂ ਤੁਸੀਂ ਆਪਣੇ ਪਿਆਰੇ ਰੱਬ ਦੇ ਕਰੀਬ ਹੋਣਾ ਹੈ ਸੋ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਮਾਗ ਪੁਨੀਤ ਭਈ ਤੀਰਥ ਅੰਤਰ ਜਾਣਿਆ ਸਾਜਨ ਸਹਿਜ ਮਿਲੇ ਗੁਣ ਗੈ ਅੰਕ ਸਮਾਨਿਆ ਅੱਛਾ ਹੁਣ ਇੱਕ ਪਾਸੇ ਬ੍ਰਾਹਮਣਵਾਦ ਦਾ ਚੱਕਰ ਵਿਊ ਬਿਲਕੁਲ ਮਾਗ ਦੇ ਮਹੀਨੇ ਨਾਲ ਜੋੜ ਕੇ ਉਹਨਾਂ ਨੇ ਗੰਗਾ ਜਮਨਾ ਸਰਸਵਤੀ ਗੋਦਾਵਰੀ ਚ ਨਹਾਣਾ ਹੂੰ ਨਾ ਆਖੇ ਪੜਤਾਂ ਨੂੰ ਵੱਡੀ ਦਖਸ਼ਨਾ ਦੇਣੀ ਪੂਜਾ ਕਰਾਣੀ ਔਰ ਇਹਦੇ ਨਾਲ ਜੁੜਿਆ ਹੋਇਆ ਹੈ ਕਿ ਮਾਘਿ ਸ਼ਨਾਰਜ ਮੋਦੀ ਨੇ ਵੀ ਜਿਹੜਾ ਅਦਰਵਾਇਜ਼ ਉਹਨੂੰ ਸਾਹਮਣੇ ਬੈਠੇ 15 ਦਾ ਕਿਸਾਨ ਨਹੀਂ ਦੱਸਦੇ ਹਾਂ ਉਹਨੇ ਗੁਜਰਾਤੀ ਲੈਂਗੁਏਜ ਦੇ ਵਿੱਚ ਇੱਕ ਕਵਿਤਾ ਲਿਖ ਕੇ ਮਾਘ ਕੀ ਸੰਕ੍ਰਾਂਤੀ ਸੂਰਜ ਕੋ ਮੈਂ ਪਾਣੀ ਤਰਪਣ ਕਰਤਾ ਹੂੰ ਸੂਰਜ ਨੂੰ ਪਾਣੀ ਦੇ ਰਿਹਾ ਔਰ ਗੁਜਰਾਤੀਆਂ ਨੂੰ ਦੱਸ ਰਿਹਾ ਕਿ ਮੈਂ ਤੁਹਾਡੇ ਇਸ ਮਾਘ ਕੀ ਸੰਕ੍ਰਾਂਤੀ ਇਸ ਦੇ ਨਾਲ ਕਿਵੇਂ ਜੁੜਿਆ ਹੋਇਆ ਫਰਾਡੀ ਹੈ ਇਹ ਉਹੀ ਬ੍ਰਾਹਮਣਵਾਦ ਦੀ ਲੈਗੇਸੀ ਹੈ ਔਰ ਇਹਦੇ ਚ ਗੁਰੂ ਸਾਹਿਬ ਨੇ ਯਾਦ ਕਰਵਾਇਆ ਕਿ ਸਿੱਖ ਦੇ ਲਈ ਜਿਹੜਾ ਇਸ ਰਸਤੇ ਦਾ ਰੋਹਾਨੀਅਤ ਦਾ ਪੰਧ ਹੀ ਹੈ ਕੋਈ ਦਰਿਆਵਾਂ ਚ ਨਹਾਣਾ ਜਿਹੜਾ ਉਹ ਅਹਿਮੀਅਤ ਨਹੀਂ ਰੱਖਦਾ ਜੇ ਕੋਈ ਪਿਲਗ੍ਰਿਮੇਜ ਹੈ ਕੋਈ ਪਿਲਗ੍ਰੇਮ ਕੋਈ ਤੀਰਥ ਹੈ ਤਾਂ ਤੁਹਾਡਾ ਅੰਦਰ ਹੈ ਔਰ ਇਸ ਦੀ ਸ਼ੁਰੂਆਤ ਹੈ ਕਿ ਮਾਗ ਪੁਨੀਤ ਭਈ ਤੀਰਥ ਅੰਤਰ ਜਾਣਿਆ ਕਿ ਮਾਗ ਦਾ ਮਹੀਨਾ ਮੰਨ ਲਓ ਤੁਹਾਡੇ ਲਈ ਪਵਿੱਤਰ ਹੈ ਪਾਇਸ ਹੈ ਵੈਲਕਮ ਹੈ ਕਿ ਜੇ ਤੁਹਾਨੂੰ ਆਪਣੇ ਅੰਦਰ ਜਿੱਥੇ ਰੱਬ ਬੈਠਾ ਹੈ ਤੁਹਾਡੇ ਨਾਲ ਉਸ ਤੀਰਥ ਨੂੰ ਜਿੱਥੇ ਰੱਬ ਹੈ ਉਸ ਤੋਂ ਵੱਡਾ ਕਿਹੜਾ ਤੀਰਥ ਹੈ ਤੇ ਰੱਬ ਕਿਤੇ ਬਾਹਰ ਜੰਗਲਾਂ 'ਚ ਨਹੀਂ ਹੈ ਦਰਿਆਵਾਂ ਦੇ 'ਚ ਨਾਣ-ਣਾਣ ਨਹੀਂ ਹੈ ਉਹ ਤੁਹਾਡੇ ਅੰਦਰ ਹੈ ਜਿਹੜਾ ਇਬਾਦਤ ਨਾਲ ਪਿਆਰ ਨਾਲ ਖਲਕਤ ਦੀ ਸੇਵਾ ਨਾਲ ਅੰਦਰੋਂ ਉਜਾਗਰ ਹੁੰਦਾ ਹੈ ਸਾਜਨ ਸਹਿਜ ਮਿਲੇ ਗੁਣ ਗਿਆ ਅੰਕ ਸਮਾਨਿਆ ਕਿ ਜਦੋਂ ਮੈਂ ਅੰਦਰ ਦੇ ਤੀਰਥ ਦੇ ਵਿੱਚ ਇਸ਼ਨਾਨ ਕੀਤਾ ਅੰਦਰ ਦੇ ਵਿੱਚ ਮੈਂ ਜੁੜਿਆ ਤੇ ਮੇਰਾ ਪਿਆਰਾ ਸੱਜਣ ਮੈਨੂੰ ਮਿਲਿਆ ਔਰ ਉਸ ਦੇ ਗੁਣ ਪਿਆਰੇ ਦੇ ਮੈਂ ਆਪਣੇ ਦਿਲ ਦੇ ਵਿੱਚ ਅੰਕ ਦੇ ਵਿੱਚ ਸਮਾਲੇ ਪ੍ਰੀਤਮ ਗੁਣ ਅੰਕੇ ਸੁਣ ਪ੍ਰਭ ਬੰਕੇ ਤੁਧ ਭਾਵਾਂ ਸਰਨਾਵਾ ਇਹ ਮੇਰੇ ਪਿਆਰੇ ਰੱਬ ਮੇਰੇ ਪਿਆਰੇ ਵਾਹਿਗੁਰੂ ਤੂੰ ਇਹ ਸੁਣ ਕਿ ਮੈਂ ਜੇ ਤੂੰ ਮੈਨੂੰ ਚੰਗਾ ਲੱਗੇਗਾ ਤੇ ਮੈਂ ਤੈਨੂੰ ਚੰਗਾ ਲੱਗਾਗਾ ਮੈਂ ਤੇਰੀ ਅੱਖ ਚ ਸਵਾਵਾਗਾ ਤੇਰੀ ਗੋਦ ਚ ਬੈਠਾਂਗਾ ਫੇਰ ਹੀ ਮੇਰਾ ਕੁਛ ਵੀ ਕੀਤਾ ਸਫਲ ਹੈ ਨਹੀਂ ਤਾਂ ਮੈਂ ਹੋਮੇ ਦੀ ਅੱਗ ਵਿੱਚ ਹੀ ਸੜਾਂਗਾ ਗੰਗ ਜਮਨ ਤੈ ਬੇਣੀ ਸੰਗਮ ਸਾਤ ਸਮੁੰਦ ਸਮਾਵਾਂ ਕਿ ਮੈਨੂੰ ਹੁਣ ਕੋਈ ਗੰਗਾ ਜਮਨਾ ਉਹਨਾਂ ਦੀ ਤ੍ਰਿਬੇਣੀ ਕੋਈ ਸਮੁੰਦਰ ਕਿਸੇ ਚ ਨਹਾਣ ਦੀ ਲੋੜ ਨਹੀਂ ਹੈ ਕਿਉਂਕਿ ਤੂੰ ਮੇਰੇ ਪਿਆਰੇ ਮੈਂ ਤੇਰੇ ਨਾਲ ਮਿਲ ਗਿਆ ਮੈਂ ਉਸ ਤੀਰਥ ਦੇ ਅੰਦਰ ਜਿਹੜਾ ਤੇਰੀ ਯਾਦ ਦਾ ਤੀਰਥ ਹੈ ਮੈਂ ਇਸ਼ਨਾਨ ਕਰ ਲਿਆ ਅੱਛਾ ਪੁੰਨ দান ਪੂਜਾ ਪਰਮੇਸ਼ਰ ਜੁਗ ਜੁਗ ਏਕੋ ਜਾਤਾ ਕਿ ਜੇ ਤੂੰ ਮੈਨੂੰ ਮਿਲ ਪਿਆ ਤੇ ਇਹੀ ਮੇਰਾ ਪੁੰਨ ਹੈ ਇਹੀ ਮੇਰਾ দান ਹੈ ਔਰ ਜਿਹੜਾ ਵਾਹਿਗੁਰੂ ਹਰ ਯੁਗ ਦੇ ਵਿੱਚ ਹਰ ਸਮੇਂ ਦੇ ਵਿੱਚ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੂਸੀ ਵੀ ਸੱਚ ਹੈ ਮੈਂ ਉਸ ਨੂੰ ਜਿਹੜਾ ਹਰ ਯੁਗ ਦੇ ਵਿੱਚ ਇੱਕ ਹੈ ਉਸ ਨੂੰ ਮੈਂ ਜਾਣ ਲਿਆ ਸਮਝ ਲਿਆ ਨਾਨਕ 마ਗ ਮਹਾਰਸ ਹਰਜਪ 68 ਤੀਰਥ ਨਾਤਾ ਕਿ ਮੈਂ 마ਗ ਦੇ ਮਹੀਨੇ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਕਿ ਮੈਂ ਰੱਬ ਦੀ ਯਾਦ ਦਾ ਜਪਣਾ ਹੁੰਦਾ ਹੈ ਯਾਦ ਕਰਨਾ ਅੱਛਾ ਹਰ ਰਸ ਜਿਹੜਾ ਉਸ ਦਾ ਸਵਾਦ ਹੈ ਰੱਬ ਦੀ ਯਾਦ ਦਾ ਉਹ ਮੇਰੇ ਅੰਦਰ ਆ ਗਿਆ ਹੈ 마ਗ ਦੇ ਮਹੀਨੇ ਤੇ 68 ਤੀਰਥ ਨਾਵਾ 8 ਤੇ 60 68 ਹਿੰਦੂਆਂ ਦੇ 68 ਤੀਰਥ ਨੇ ਉਹ ਸਾਰੀ ਉਮਰ ਨੂੰ ਹੋਣ ਦੇ ਲੱਗੇ ਹੁੰਦੇ ਨੇ ਕਿ ਇੱਥੇ ਨਹਾ ਲੋ ਫਿਰ ਉੱਥੇ ਚਲੇ ਜਾਓ ਫਿਰ ਉੱਥੇ ਚਲੇ ਜਾਓ ਉਹ ساری ਉਮਰ ਤੀਰਥ ਨਾਣ ਤੇ ਕਰਮ ਕਾਂਡ ਚ ਰਹਿੰਦੇ ਨੇ ਪਰ ਗੁਰੂ ਸਾਹਿਬ ਕਹਿੰਦੇ ਨੇ ਕਿ ਉਸ ਰੱਬ ਦੀ ਯਾਦ ਨੂੰ ਆਪਣੇ ਅੰਦਰ ਲਿਆਣਾ ਅੰਦਰ ਦੇ ਤੀਰਥਨ ਚ ਨਾਣਾ ਹੀ ਇਹ ਮਾਗ ਦਾ ਮਹੀਨਾ ਹੈ ਯਾਦ دہਾਨੀ ਕਰਵਾਉਂਦਾ ਹੈ ਕਿ ਇਸ ਮਹਾਰਸ ਨੂੰ ਇੱਕ ਰਸ ਹੈ ਸਵਾਦ ਹੈ ਇੱਕ ਮਹਾਨ ਸਵਾਦ ਹੈ ਜਿਹਨੂੰ ਅਸੀਂ ਇਹ ਕਹਿੰਦੇ ਹਾਂ ਕਿ ਨਾਮ ਮਹਾਰਸ ਪੀਓ ਇਹ ਨਾਮ ਦੇ ਉਸ ਰਸ ਨੂੰ ਪੀਓ ਤੇ ਇਹੀ ਜਿਹੜਾ ਉਹ ਤੁਹਾਨੂੰ ਕਿਤੇ ਜਾ ਕੇ ਦਰਿਆਵਾਂ ਔਰ ਸਮੁੰਦਰਾਂ 'ਚ ਔਰ ਬਾਂਮੜਾ ਦੇ ਪਿੱਛੇ ਦੌੜਨ ਦੀ ਲੋੜ ਨਹੀਂ ਹੈ ਘਰ ਬੈਠਿਆਂ ਹੀ ਜਿਹੜਾ ਤੁਸੀਂ ਉਸ ਰੱਬ ਨੂੰ ਪਾ ਸਕਦੇ ਹੋ ਹੱਸਦੇ ਆ ਖੇਲਦੇ ਆ ਪੈਨੰਦੇ ਆ ਖਾਵੰਦੇ ਆ ਵਿੱਚੇ ਹੋਵੇ ਮੁਕਤ ਕੇ ਹੱਸਦੇ ਆ ਖੇਡਦੇ ਆ ਪਹੰਦੇ ਆ ਪਰਿਵਾਰਾਂ 'ਚ ਰਹਿੰਦੇ ਆ ਅਸੀਂ ਉਸ ਰੱਬ ਦੇ ਨਾਲ ਜੁੜ ਸਕਦੇ ਆ ਅਸੀਂ ਜਿਹੜਾ ਉਹ ਮੁਕਤ ਹੋ ਸਕਦੇ ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਦੇ ਐਮੇ ਸ਼ੋਅ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਸਵੈਸਨਾ ਆਪਣੀ ਈਵਰਸ ਕਹ ਲੈਣੇ ਇਜਾਜ਼ਤ ਵੀਵਰ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਆਪਣੀ رائے ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਪਤੇ ਤੇ s o s a c v r e p o r t.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫੇਰ ਦੁਬਾਰਾ ਤੁਹਾਡੇ ਸਨਮਖਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣ ਆ ਗਿਆ ਦਿਓ ਦੇਖਦੇ ਰਹੀ ਚ ਵੀਰਿਫੋ ਬੁਲਾ ਦਿਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਰੱਖਾ